ਸਤਿ ਸ਼੍ਰੀ ਅਕਾਲ ਜੀ, ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਅੱਜ ਦੀ ਵੀਡੀਓ ਕੁਛ ਹਟ ਕੇ ਹੈ, ਕਿਉਂਕਿ ਅੱਜ ਦੀ ਵੀਡੀਓ ਵਿੱਚ ਇੱਕ ਐਸਾ ਉਪਾਅ ਲੈ ਕੇ ਆਏ ਹਾਂ ਜਿਸ ਦੇ ਵਿੱਚ ਤੁਸੀਂ ਕੁਛ ਵੀ ਨਹੀਂ ਕਰਨਾ ਹੈ। ਹਾਂਜੀ, ਸੁਣ ਕੇ ਤੁਹਾਨੂੰ ਹੈਰਾਨੀ ਜ਼ਰੂਰ ਹੋਏਗੀ ਕਿ ਕੁਛ ਵੀ ਨਹੀਂ ਕਰਨਾ ਹੈ। ਹਾਂਜੀ, ਲੇਕਿਨ ਇਹ ਸੱਚਾਈ ਹੈ। ਕੁਛ ਵੀ ਨਹੀਂ ਕਰਨਾ ਮਤਲਬ ਕੁਛ ਵੀ ਨਹੀਂ ਕਰਨਾ। ਅਸੀਂ ਆਪਣੀ ਵੀਡੀਓ ਦੀ ਸਕਰੀਨ 'ਤੇ ਇੱਕ ਐਸਾ ਮੰਤਰ ਅਤੇ ਐਸਾ ਯੰਤਰ ਤੁਹਾਨੂੰ ਦਿਖਾਵਾਂਗੇ ਜਿਸ ਨੂੰ ਦੇਖ ਕੇ ਇਕਦਮ ਸ਼ਾਂਤ ਮਨ ਰੱਖਣਾ ਹੈ ਅਤੇ ਇੱਕ ਘਰ ਵਿੱਚ ਸ਼ਾਂਤੀ ਹੋਣੀ ਚਾਹੀਦੀ ਹੈ। ਜਦੋਂ ਤੁਸੀਂ ਆਪਣੀ ਮੋਬਾਈਲ ਦੀ ਸਕਰੀਨ 'ਤੇ ਇਹ ਜਦੋਂ ਸਾਡੀ ਵੀਡੀਓ ਨੂੰ ਚਲਾਓਗੇ ਤਾਂ ਤੁਸੀਂ ਤੁਹਾਨੂੰ ਖੁਦ ਹੀ ਮਹਿਸੂਸ ਕਰੋਗੇ ਕਿ ਤੁਹਾਨੂੰ ਆਪਣਾ ਦਿਮਾਗ ਇਕਦਮ ਸ਼ਾਂਤ ਲੱਗੇਗਾ। ਠੀਕ ਹੈ, ਉਹ ਸੁਣ ਕੇ ਹੀ, ਉਹ ਦੇਖ ਕੇ ਹੀ, ਕਿਉਂਕਿ ਉਸ ਯੰਤਰ ਵਿੱਚ ਇੰਨੀ ਸ਼ਕਤੀ ਹੈ। ਠੀਕ ਹੈ ਜੀ, ਉਹਨੂੰ ਦੇਖ ਕੇ ਤੁਸੀਂ ਮਨ ਦੇ ਅੰਦਰ ਆਪਣੀਆਂ ਸਾਰੀਆਂ ਮਨੋਕਾਮਨਾ, ਜੋ ਤੁਸੀਂ ਚਾਹੁੰਦੇ ਹੋ ਕਿ ਸਾਡੇ ਘਰ ਵਿੱਚ ਇਹ ਹੋ ਜਾਵੇ, ਤੁਹਾਨੂੰ ਜੋ ਪ੍ਰੋਬਲਮਸ ਚੱਲ ਰਹੀਆਂ ਹਨ ਉਹ ਤੁਸੀਂ ਬੋਲ ਦੇਣੀਆਂ ਹਨ, ਪਰ ਉਸਨੂੰ ਸ਼ਾਂਤ ਮਨ ਰੱਖ ਕੇ ਇਕਦਮ ਦੇਖਦੇ ਜਾਣਾ ਹੈ, ਤਾਂ ਹੀ ਇਸ ਉਪਾਅ ਦਾ ਅਸਰ ਹੋਏਗਾ। ਕਿਉਂਕਿ ਇਹ ਕਮ ਸੇ ਕਮ ਜਿੰਨਾ ਜ਼ਿਆਦਾ ਤੁਸੀਂ ਦੇਖੋਗੇ ਕਿ ਇਸ ਮੰਤਰ ਔਰ ਇਸ ਯੰਤਰ ਨੂੰ ਤੁਸੀਂ ਦੇਖਦੇ ਜਾ ਰਹੇ ਹੋ, ਉਸ ਉਦੋਂ ਹੀ ਤੁਹਾਡੀਆਂ ਪ੍ਰੋਬਲਮਸ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ। ਕਮ ਸੇ ਕਮ ਮੈਂ ਇਹ ਕਹਿ ਰਹੀ ਸੀ ਕਿ ਕਮ ਸੇ ਕਮ 3 ਤੋਂ 4 ਮਿੰਟ ਤਾਂ ਤੁਸੀਂ ਰੋਜ਼ ਇਸ ਨੂੰ ਸੁਣੋ ਤੇ ਦੇਖੋ, ਇੱਕ ਐਸਾ ਤੁਹਾਨੂੰ ਮਨ ਵਿੱਚ ਸ਼ਾਂਤੀ ਮਿਲੇਗੀ ਔਰ ਤੁਸੀਂ ਦੇਖੋਗੇ 3 ਜਾਂ 5 ਦਿਨਾਂ ਵਿੱਚ ਤੁਹਾਨੂੰ ਜਾਂ ਤਾਂ ਕਿਧਰੋਂ ਦੀ ਬਹੁਤ ਵੱਡਾ ਤੁਹਾਨੂੰ ਕੋਈ ਪੈਸਿਆਂ ਦੀ ਰਕਮ ਆ ਸਕਦੀ ਹੈ, ਜਾਂ 3 ਤੋਂ 5 ਦਿਨਾਂ ਵਿੱਚ ਤੁਹਾਨੂੰ ਕੋਈ ਅੱਛੀ ਖਬਰ ਪੈਸਿਆਂ ਬਾਰੇ ਸੁਣਨ ਨੂੰ ਮਿਲ ਸਕਦੀ ਹੈ। 3 ਜਾਂ 5 ਦਿਨ ਮੈਂ ਬੋਲ ਰਹੀ ਹਾਂ, ਦੇਖੋ ਜੋ ਲੋਕ ਵਿਸ਼ਵਾਸ ਨਾ ਕਰਨਗੇ ਤਾਂ ਉਹਨਾਂ ਨੂੰ ਇਸ ਤੋਂ ਪਹਿਲੇ ਵੀ ਰਿਜ਼ਲਟ ਮਿਲ ਸਕਦਾ ਹੈ, ਔਰ ਜੋ ਲੋਕ ਥੋੜਾ ਜਿਹਾ ਆਪਣੇ ਮਨ ਵਿੱਚ ਸ਼ੰਕਾ ਕਰਕੇ ਇਸ ਨੂੰ ਸੁਣਨਗੇ ਤਾਂ ਦੇਖੋ ਹੋ ਸਕਦਾ ਹੈ ਉਹਨਾਂ ਨੂੰ ਰਿਜ਼ਲਟ 'ਚ ਥੋੜੀ ਦੇਰੀ ਹੋਵੇ, ਪਰ ਰਿਜ਼ਲਟ ਜ਼ਰੂਰ ਮਿਲੇਗਾ ਜੀ। ਤੇ ਚਲੋ ਜੀ, ਹੁਣ ਮੈਂ ਆਪਣੀ ਵੀਡੀਓ ਦੀ ਸਕਰੀਨ 'ਤੇ ਉਹ ਲਗਾਉਣ ਵਾਲੀ ਹਾਂ, ਤੇ ਉਸ ਤੋਂ ਪਹਿਲੇ ਮੇਰੀ ਵੀਡੀਓ ਜੇ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦੋ, ਕਮੈਂਟ ਵਿੱਚ ਜ਼ਰੂਰ, ਜਾਂ ਤਾਂ ਜਿਹੜੇ ਪਰਮਾਤਮਾ ਨੂੰ ਮੰਨਦੇ ਹੋ, ਜਿਸ ਦੇਵੀ ਦੇਵਤਾ ਨੂੰ ਮੰਨਦੇ ਹੋ, ਉਹ ਕਮੈਂਟ ਵਿੱਚ ਜ਼ਰੂਰ ਉਹ ਹਾਜ਼ਰ ਦਿਆ ਕਰੋ ਜੀ, ਤਾਂ ਕਿ ਤੁਹਾਨੂੰ ਆਸ਼ੀਰਵਾਦ ਮਿਲੇ ਅਤੇ ਜਲਦੀ ਤੋਂ ਜਲਦੀ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋਣ ਜੀ। ਅਤੇ ਚਲੋ ਜੀ, ਹੁਣ ਮੈਂ ਚਲਦੀ ਹਾਂ ਅਤੇ ਤੁਸੀਂ ਇਹ ਸ਼ਾਂਤੀ ਨਾਲ ਇਸ ਨੂੰ ਸੁਣੋ, ਐਂਡ ਤੱਕ ਸੁਣਦੇ ਰਹਿਣਾ ਅਤੇ ਜਲਦੀ ਤੋਂ ਜਲਦੀ ਮੈਨੂੰ ਦੱਸਣਾ ਕਿ ਤੁਹਾਨੂੰ ਖੁਸ਼ਖਬਰੀ ਕਦੋਂ ਮਿਲਦੀ ਹੈ ਜੀ।